ਲੋਕ ਸਭਾ ਦੇ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਜਾ ਕੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਔਜਲਾ ਨੇ ਦੱਸਿਆ ਕਿ ਸਟੇਸ਼ਨ ਦੇ ਵਿਕਾਸ ਲਈ ਟੂਰਿਜ਼ਮ ਮੰਤਰਾਲੇ ਤੇ ਰੇਲਵੇ ਵੱਲੋਂ ਸੰਯੁਕਤ ਤੌਰ ਤੇ ਗ੍ਰਾਂਟਾਂ ਜਾਰੀ ਕਰਕੇ ਕੀਤੇ ਜਾ ਰਹੇ ਵਿਕਾਸ ਵਿੱਚ ਅਫਸਰਸ਼ਾਹੀ ਦੀ ਢਿੱਲ ਮੱਠ ਕਾਰਨ ਵਿਕਾਸ ਕਾਰਜ ਸੁਸਤ ਚਾਲੇ ਚੱਲ ਰਹੇ ਹਨ। ਉਹਨਾਂ ਦੱਸਿਆ ਕਿ ਅੱਜ ਅੰਮ੍ਰਿਤਸਰ ਵਿੱਚ ਕੇਵਲ ਪੰਜਾਬ ਵਿੱਚੋਂ ਹੀ ਨਹੀਂ ਸਗੋਂ ਦੇਸ਼ ਵਿਦੇਸ਼ ਵਿੱਚੋਂ ਯਾਤਰੀ ਆ ਕੇ ਉਤਰਦੇ ਹਨ ਤੇ ਜਦ ਉਹਨਾਂ ਨੂੰ ਸਟੇਸ਼ਨ ਤੇ ਆ ਕੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਬਹੁਤ ਹੀ ਬੁਰਾ ਪ੍ਰਭਾਵ ਲੈ ਕੇ ਜਾਂਦੇ ਹਨ। ਉਹਨਾਂ ਕਿਹਾ ਕਿ ਜਿਸ ਵੀ ਪ੍ਰੋਜੈਕਟ ਲਈ ਜੋ ਸਮਾਂ ਨਿਸ਼ਚਿਤ ਕੀਤਾ ਗਿਆ ਹੈ ਉਸ ਵਿੱਚ ਹੀ ਉਹਨਾਂ ਪ੍ਰੋਜੈਕਟ ਨੂੰ ਨੇਪਰੇ ਚਾੜਨਾ ਪਵੇਗਾ। ਜਿਹੜੇ ਕੰਮ ਪੈਂਡਿੰਗ ਪਏ ਨੇ ਜਿਹੜੇ ਸਿਰਫ ਤੁਹਾਡੇ ਫਾਈਲਾਂ ਦੇ ਚੱਕਰਾਂ ਦੇ ਵਿੱਚ ਹੀ ਦੋ ਦੋ ਚਾਰ ਚਾਰ ਸਾਲ ਲੰਘ ਜਾਂਦੇ ਆ, ਉਹਨੂੰ ਆਪਾਂ ਕਿਵੇਂ ਸੁਧਾਰਨਾ? ਟੈਂਡਰਿੰਗ ਹੋ ਚੁੱਕੀ ਹੈ ਆਲਰੇਡੀ, ਟੈਂਡਰਿੰਗ ਹੋ ਗਈ ਹੈ ਪਰ ਉਹ ਹੁਣ ਅਪਰੂਵਲਾਂ ਤੁਰ ਪੈਂਦੀਆਂ ਨੇ, ਉੱਪਰੋਂ ਹੇਠਾਂ ਨੂੰ ਜਾਂਦਿਆਂ 6-6 ਮਹੀਨੇ ਲੱਗ ਜਾਂਦੇ। ਕਿਹੜੇ ਕੰਮ ਡਿਲੇ ਹੈਗੇ ਜੀ? ਗੈਸ ਕਿਹੜੇ ਪਲੇਟਫਾਰਮ ਦਾ ਕੰਮ ਡਿਲੇ ਹੈ, ਲਿਫਟਾਂ ਵਿੱਚ ਰੁਕੀਆਂ ਪਈਆਂ ਨੇ, ਉਹ ਜਿਹੜੇ ਤਿੰਨ ਸਟੇਸ਼ਨ ਪਲੇਟਫਾਰਮ ਬਣ ਰਹੇ ਨੇ ਉੱਥੇ ਕਈ ਚੀਜ਼ਾਂ ਕੰਪਲੀਟ ਹੋ ਗਈਆਂ ਨੇ ਪਰ ਟੇਕ ਓਵਰ ਨਹੀਂ ਕਰ ਰਹੇ ਕਿਉਂਕਿ ਜਿੰਨਾ ਚਿਰ ਪੂਰਾ ਕੰਪਲੀਟ ਨਾ ਹੋਇਆ ਉਨਾ ਚਿਰ ਉਹ ਹੋਣਾ ਨਹੀਂ। ਹੁਣ ਉਹਦੀ ਅਸੀਂ ਜੀ ਟੈਂਕੀ ਬਣਨੀ ਹੈ ਜੀ, ਟੈਂਕੀ ਨੂੰ ਹੁਣ 6 ਮਹੀਨੇ ਲੱਗਣਗੇ। ਇਹ ਚੀਜ਼ਾਂ ਆਪਾਂ ਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਕਿਹੜਾ ਕੰਮ ਜਿਹੜਾ ਇੰਨੇ ਚਿਰ 'ਚ ਦੇਣਾ, ਕਿਉਂਕਿ ਸਾਡੀ ਮੁਸ਼ਕਲ ਇਹ ਆ ਜਿਹੜੀ ਅੱਧਾ ਘੰਟਾ ਟ੍ਰੇਨ ਪਾਰਕ ਹੁੰਦੀ ਹੈ ਨਾ, ਉਹਦੇ 'ਚ ਸਭ ਤੋਂ ਵੱਡੀ ਦਿੱਕਤ ਇਹ ਆਉਂਦੀ ਕਿ ਸਾਨੂੰ ਹਮੇਸ਼ਾ ਟੈਰਿਸਟ ਥ੍ਰੈਟ ਰਹਿੰਦੀ ਹੈ ਪਾਕਿਸਤਾਨ। ਕੋਈ ਮਾੜੀ ਘਟਨਾ ਵਾਲਾ ਸਾਡੇ ਵਾਪਰ, ਜੇ ਸਾਨੂੰ ਦੁੱਖ ਆਉਂਦਾ ਹੈ ਰਾਤ ਨੂੰ ਪਿੱਛੋਂ ਬੰਬੇ ਤੋਂ ਦਿੱਲੀ ਤੋਂ ਟਾਈਮ ਨਾ ਆ ਗਏ, ਫਿਰ ਜਿਹੜਾ ਡੇਲੀ ਪੈਸੰਜਰ ਇੱਥੋਂ ਅੰਮ੍ਰਿਤਸਰੋਂ ਬਾਹਰ ਕੰਮ 'ਤੇ ਜਾਂਦਾ ਹੈ ਉਹ ਪੌਣਾ ਪੌਣਾ ਘੰਟਾ 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 ਘਰ ਲੇਟ ਪਹੁੰਚਦਾ ਹੈ। ਸੋ ਇਹਨਾਂ ਨੂੰ ਇਹੀ ਬੇਨਤੀ ਕੀਤੀ ਗਈ ਹੈ ਵੀ ਉਹਨੂੰ ਚੀਜ਼ ਨੂੰ ਤੁਸੀਂ ਇੱਕ ਕਿਨਾਰੇ ਰੱਖ ਦਿਉ, ਤੁਸੀਂ ਆਪਣੀ ਐਫੀਸ਼ੀਐਂਸੀ ਦੇ ਨਾਲ, ਤੁਸੀਂ ਚੰਗੇ ਅਫਸਰ ਜੇ ਪੜ੍ਹੇ ਲਿਖੇ ਜੇ ਤੁਹਾਡੇ ਕੋਲ ਬੜਾ ਤਜ਼ਰਬਾ ਆ, ਤੁਸੀਂ ਆਪਣੇ ਤਜ਼ਰਬੇ ਨਾਲ ਘੱਟ 'ਚ ਜ਼ਿਆਦਾ ਕਰਕੇ ਵਿਖਾਉਣਾ ਹੈ। ਜਿੱਦਾਂ ਦਿੱਲੀ ਦੇ ਸਟੇਸ਼ਨ ਨੇ ਦੋ ਦੋ ਮਿੰਟ 'ਚ, ਤਿੰਨ ਤਿੰਨ ਮਿੰਟ 'ਚ ਗੱਡੀ ਅੱਗੇ ਜਾ ਰਹੀ ਹੈ, ਕੋਈ ਟਾਈਮ ਬਾਉਂਡ ਟਾਈਮ ਕੀਤਾ ਗਿਆ ਇਸ ਕੰਮ ਨੂੰ? ਇਹਨਾਂ ਨੂੰ ਬਿਲਕੁਲ ਕਿਹਾ ਗਿਆ ਕਿ ਤੁਸੀਂ ਇੱਕ ਹਫ਼ਤੇ ਦੇ ਵਿੱਚ ਇਹਨੂੰ ਧਿਆਨ ਦਿਓ, ਚਾਹੇ ਮੀਟਿੰਗਾਂ ਸੱਦਣ, ਚਾਹੇ ਆਪਣੇ ਸਾਰੇ ਸਟਾਫ ਨੂੰ ਬੁਲਾ ਕੇ ਇਹਨੂੰ ਇਹਨਾਂ ਨੂੰ ਕਰਨਾ ਪਏ। ਲੌਂਗ ਡਿਸਟੈਂਸ ਦੀਆਂ ਜਿਹੜੀਆਂ ਟ੍ਰੇਨਾਂ ਨੇ ਉਹਨਾਂ ਦੇ ਵਿੱਚ ਜਿਹੜੀ ਪੈਂਟਰੀ ਚੱਲਦੀ ਹੈ, ਬੜੀ ਕੰਪਲੇਂਟ ਹੈ ਕਿ ਕਈ ਚੂਹੇ ਵੀ ਉਸ ਤੁਰੇ ਫਿਰਦੇ, ਉਹ ਇਹਨਾਂ ਨੂੰ ਕਹਿੰਦਾ ਤਕੀਦ ਕੀਤੀ ਹੈ ਵੀ ਉਹਨਾਂ ਨੂੰ ਬਿਲਕੁਲ ਧਿਆਨ ਦਿਓ। ਇੱਕ ਜਿਹੜੀ ਹਜ਼ੂਰ ਸਾਹਿਬ ਦੀਆਂ ਟ੍ਰੇਨ ਜਾਂਦੀਆਂ ਨੇ ਉਹਨਾਂ ਦੇ ਡੱਬੇ ਬਹੁਤ ਮਾੜੇ ਨੇ ਔਰ ਉਹ 4-4 ਘੰਟੇ ਲੇਟ ਪਹੁੰਚਦੇ ਨੇ, ਉਹਦੇ ਕਰਕੇ ਸਾਡਾ ਜਿਹੜਾ ਯਾਤਰੀ ਉੱਥੇ ਜਾਂਦਾ ਹੈ ਉਹਨੂੰ ਰਾਤ ਜਦੋਂ ਲੇਟ ਪਹੁੰਚਦੇ ਉਹਨਾਂ ਨੂੰ ਫਿਰ ਮੁਸ਼ਕਿਲ ਹੁੰਦੀ ਹੈ ਆਪਣੇ ਰਹਿਣ ਸਹਿਣ ਦਾ ਪ੍ਰਬੰਧ ਕਰਨ। ਉਹ ਇਹਨਾਂ ਕੋਲ ਮੈਂ ਮੰਗਾਈ ਹੈ ਰਿਪੋਰਟ, ਇਹਨਾਂ ਕੋਲ DRM ਨੂੰ ਚਿੱਠੀ ਲਿਖਣੀ ਵੀ ਉਹ ਟ੍ਰੇਨ ਲੇਟ ਕਿਉਂ ਹੁੰਦੀਆਂ ਨੇ ਔਰ ਉਹਦਾ ਜਿਹੜਾ ਵੀ ਕੋਈ ਨੁਕਸ ਹੈ, ਜਿਹੜਾ ਕੋਈ ਰਾਹ 'ਚ ਕੋਈ ਟ੍ਰੇਨਾਂ ਪਾਸ ਹੁੰਦੀਆਂ ਨੇ ਜਾਂ ਇਹਨਾਂ ਨੂੰ ਬੇਵਜ੍ਹਾ ਖੜਾ ਕਰਦੇ ਨੇ, ਉਸ ਤਕਲੀਫ ਨੂੰ ਦੂਰ ਕੀਤਾ ਜਾਏ। ਔਰ ਰਿਜ਼ਰਵੇਸ਼ਨ ਦਫ਼ਤਰ ਵੀ ਇਹਨਾਂ ਦੇ ਯਾਰ ਸਾਰੇ ਚੈੱਕ ਕੀਤੀ ਆ, ਬਿਲਕੁਲ ਅੰਦਰ ਵਾਲਾ ਪਾਸਾ ਬਿਲਕੁਲ ਵਧੀਆ ਆ, ਪਰ ਜਿਹੜੀ ਕੋਈ ਕਮੀ ਆ ਉਹ ਇਹਨਾਂ ਨੂੰ ਕਿਹਾ ਵੀ ਹੋਰ ਥੋੜ੍ਹੇ ਸਮੇਂ ਦੇ ਵਿੱਚ ਉਹਨੂੰ ਸੁਧਾਰੋ ਤਾਂ ਕਿ ਇਹ ਇੱਕ ਅੰਤਰਰਾਸ਼ਟਰੀ ਪੱਧਰ ਦਾ ਸਟੇਸ਼ਨ ਹੈ, ਅੰਤਰਰਾਸ਼ਟਰੀ ਟੂਰਿਸਟ ਇੱਥੇ ਆਉਂਦਾ ਆ, ਸਾਡਾ ਜਿਹੜਾ ਮੈਸੇਜ ਆ ਉਹ ਦੁਨੀਆ 'ਚ ਗਲਤ ਜਾਂਦਾ ਹੈ। ਆਪਾਂ ਸਾਰੇ ਜੇ ਕੋਈ ਚੰਗਾ ਜਾਵਾਂਗੇ ਅੰਮ੍ਰਿਤਸਰ ਦਾ ਮਤਲਬ ਕੀ ਆ? ਤੁਸੀਂ ਵੀ ਅੰਮ੍ਰਿਤਸਰ ਜੇ, ਤੁਸੀਂ ਵੀ ਅੰਮ੍ਰਿਤਸਰ ਜੇ, ਤੁਸੀਂ ਵੀ ਅੰਮ੍ਰਿਤਸਰ ਜੇ, ਹਰ ਬੰਦਾ ਅੰਮ੍ਰਿਤਸਰ ਆ। ਅਤੇ ਜੇ ਅੰਮ੍ਰਿਤਸਰ ਨੂੰ ਮਾੜਾ ਕਹਿੰਦੇ ਮਤਲਬ ਸਾਨੂੰ ਸਾਰਿਆਂ ਨੂੰ ਮਾੜਾ ਕਹਿ ਦਿੱਤਾ ਗਿਆ। ਸਿਰ ਸੋ ਅਸੀਂ ਇਸ ਕਰਕੇ ਚੰਗੇ ਪੱਖ ਨੂੰ ਲੈ ਕੇ ਜਾਣਾ ਆ। ਇਹ ਅੰਮ੍ਰਿਤਸਰ ਦਾ ਸਟੇਸ਼ਨ ਜਿਹੜਾ ਜਿੱਦਾਂ ਸਰਕਾਰ ਨੇ ਕਈ ਪ੍ਰੋਜੈਕਟ ਇਹਦੇ ਲੈ ਕੇ ਆਉਣੇ ਨੇ, ਲੈ ਕੇ ਆ ਰਹੀ ਆ, ਕਈ ਪਾਰਕਿੰਗ ਦੇ ਬਣ ਗਏ ਨੇ, ਲਿਫਟਾਂ ਲੱਗ ਗਈਆਂ ਨੇ, ਉਹ ਵੀ ਬਹੁਤ ਧੀਮੀ ਗਤੀ ਆ। ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਜਿੰਨੇ ਵੀ ਕੰਮ ਹੋਣੇ ਨੇ ਇਹਦੀ ਮੋਨੀਟਰਿੰਗ ਜ਼ਰੂਰ ਕੀਤੀ ਜਾਊ, ਕਿਉਂਕਿ ਕੰਮ ਸਹੀ ਜਗ੍ਹਾ 'ਤੇ ਹੋਵੇ ਤਾਂ ਘੱਟੋ ਘੱਟ 50 ਸਾਲ ਉਹਨੂੰ ਦੁਬਾਰਾ ਤੋੜਨ ਦੀ ਲੋੜ ਨਾ ਪਵੇ।